ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਵਾਂ ਦਿਨ ਤੇ ਤੁਸੀਂ ਦੇਖ ਸਕਦੇ ਕਿ ਕਿੰਨਾ ਵਧੀਆ ਦਿਨ ਨਿਕਲ ਰਿਹਾ ਅਜੇ ਸਵੇਰ ਦਾ ਟਾਈਮ ਆ 6 ਵਜੇ ਨੇ ਅਜੇ ਤੇ ਬੜੇ ਦਿਨਾਂ ਬਾਅਦ ਇੰਨੀ ਵਧੀਆ ਮੋਰਨਿੰਗ ਦੇਖਣ ਨੂੰ ਮਿਲੀ ਹੈ ਕੱਲ੍ਹ ਤਾਂ ਮੀਂਹ ਪੈਂਦਾ ਰਿਹਾ ਸਾਰਾ ਦਿਨ ਤਾਂ ਕਰਕੇ ਥੋੜ੍ਹੇ ਬਿਜ਼ੀ ਰਹੇ ਅਤੇ ਥੋੜ੍ਹੇ ਹੋਰ ਕੰਮ ਕਾਰ ਜਿਹੜੇ ਹੋ ਗਏ ਸੀਗੇ ਪੁੱਠੇ ਸਿੱਧੇ ਕਰਨ ਵਾਲੇ ਇੱਥੇ ਅਤੇ ਸਹੀ ਕਰਨ ਵਾਲੇ ਮਤਲਬ ਅਤੇ ਇੱਧਰ ਕਰਨੇ ਆ ਜੀ ਮਿਲ ਕੇ ਚੱਲੀਆਂ ਅੰਦਰ ਯਾਰਡ 'ਚ ਸੋਰੀ ਚੱਲੀਆਂ ਅੰਦਰ ਮਿਲਕਿੰਗ ਸ਼ੈੱਡ 'ਚ ਅਤੇ ਕਰਕੇ ਅੱਜ ਵੇਖਦੇ ਹਾਂ ਅੱਜ ਕੀ ਕਰਨ ਵਾਲੇ ਹੈਗੇ ਆ ਕੰਮ ਮੈਨੂੰ ਸੋਰਟ ਆਊਟ ਕਰਨੇ ਪੈਣੇ ਥੋੜ੍ਹੇ ਹੋਰ ਅਤੇ ਪੈਡਕ ਜਿਹੜੇ ਗਾਵਾਂ ਜਾਣੀਆਂ ਜਿੱਥੇ ਚੈੱਕ ਕਰੋ ਸਨਰਾਈਜ਼ ਬਹੁਤ ਹੀ ਸੋਹਣਾ ਨਿਕਲਿਆ ਅੱਜ ਬਹੁਤ ਹੀ ਸੋਹਣਾ ਬਿਊਟੀਫੁਲ ਇੱਧਰ ਜਿਹੜੇ ਆਪਣੇ ਹੈਗੇ ਆ ਦੇਖਦੇ ਹਾਂ ਅੱਜ ਕੀ ਬਣਦਾ ਦਿਨ ਇੱਧਰ ਨਿਕਲਿਆ ਵਾ ਆਪਣਾ ਸਨਰਾਈਜ਼ ਹੋਣ ਦਿਆ ਇੱਧਰ ਚੈੱਕ ਕਰੋ ਪੂਰੀ ਰੇਨਬੋ ਵਾਹਵਾ ਦਿਨਾਂ ਬਾਅਦ ਨਿਕਲੀ ਅੱਜ ਬਿਊਟੀਫੁਲ ਸਵੇਰ ਦਾ ਟਾਈਮ ਹੈ ਚੈੱਕ ਕਰੋ ਮਿਲਕਿੰਗ ਹੋ ਗਈ ਆਪਣੀ ਫਿਨਿਸ਼ ਹੁਣ ਆਪਾਂ ਆਏ ਹਾਂ ਘਰੇ ਬ੍ਰੇਕਫਾਸਟ 'ਤੇ ਅਤੇ ਮੈਂ ਚੱਲਾਂ ਹੁਣ ਮਾੜਾ ਜਿਹਾ ਆਪਣਾ ਫਾਰਮ ਲੈਂਡ ਜਿੱਥੇ ਸੀ ਆਰ ਟੀ ਜਿਹਨੂੰ ਕਹਿੰਦੇ ਆ ਅਤੇ ਉੱਥੇ ਫਾਰਮ ਦੀ ਸ਼ੈੱਡ ਦੀਆਂ ਸਪਲਾਈਜ਼ ਲੈਣ ਜਾਣਾ ਜਿਹੜਾ ਆਪਣਾ ਸ਼ੈੱਡ 'ਚ ਸਮਾਨ ਯੂਜ਼ ਹੁੰਦਾ ਵਾ ਅਤੇ ਕਾਫੀ ਸਮਾਨ ਲੈਂਦਾ ਜਿੱਦਾਂ ਆਪਣਾ ਵੀਕਲੀ ਆਪਾਂ ਮੋਸਟ ਲਾਈਕਲੀ ਆਪਾਂ ਫੋਰਟਨਾਈਟ ਲਈ ਜਾਈਦਾ ਜਿੱਦਾਂ ਹਰ 15 ਦਿਨਾਂ ਬਾਅਦ ਸਮਾਨ ਲੈਣ ਜਾਈਦਾ ਵਾ ਜਿਹੜਾ ਸ਼ੈੱਡ ਦੇ ਵਿੱਚ ਯੂਜ਼ ਹੁੰਦਾ ਇੱਥੇ ਕਾਫੀ ਚੀਜ਼ਾਂ ਯੂਜ਼ ਹੁੰਦੀਆਂ ਵਾ ਮੈਂ ਖਾਊਂਗਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਕਿੱਥੋਂ ਲੈ ਕੇ ਆਈਦੀਆਂ ਵਾ ਬੈੱਡ 'ਤੇ ਵੀ ਜਾਣਾ ਪੈਣਾ ਆਪਣੇ ਉੱਥੋਂ ਜਿਹੜੀਆਂ ਗਾਵਾਂ ਦੇ ਟੀਕੇ ਵਗੈਰਾ ਲੱਗਦੇ ਆ ਉਹ ਲੈ ਕੇ ਆਉਣੇ ਆ ਕਿਉਂਕਿ ਉਹ ਆਲਮੋਸਟ ਆਪਾਂ ਮੁੱਕ ਗਏ ਕਿਉਂਕਿ ਹੁਣ ਆਪਣਾ ਪਬਲਿਕ ਹੋਲੀਡੇਜ਼ ਜਾ ਕੇ ਲੰਘੇ ਆ 4 ਦਿਨ ਲਗਾਤਾਰ ਜਿਹੜੇ ਸੀਗੇ ਵੈਟ ਬੰਦ ਸੀਗੇ ਤਾਂ ਕਰਕੇ ਆਪਾਂ ਕੁਛ ਕਰ ਨਹੀਂ ਸਕਦੇ ਅੱਜ ਪਹਿਲਾ ਦਿਨ ਆ ਇੱਥੇ ਜਿਹੜਾ ਉਹਨਾਂ ਦਾ ਓਪਨ ਆ ਇੱਥੇ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਇੱਥੇ ਜਿਹੜੀਆਂ ਰੂਰਲ ਜਗ੍ਹਾ 'ਚ ਹੁੰਦੀਆਂ ਵਾ ਰੂਰਲ ਇਨ ਦਾ ਸੈਂਸ ਕਿ ਪਿੰਡਾਂ 'ਚ ਜਿਹੜੀਆਂ ਹੁੰਦੀਆਂ ਵਾ ਉਹ ਬੰਦ ਰਹਿੰਦੀਆਂ ਵਾ ਜਦੋਂ ਪਬਲਿਕ ਹੋਲੀਡੇ ਹੁੰਦੀਆਂ ਅਤੇ ਬਸ ਇਹੀ ਇੱਥੇ ਇੱਕ ਉਹ ਹੈ ਦਿੱਕਤ ਆਉਂਦੀ ਥੋੜ੍ਹੀ ਜਿਹੀ ਤੋਂ ਆਪਣਾ ਪਹਿਲਾਂ ਤੋਂ ਹੀ ਸਟੋਕ ਕਰਕੇ ਰੱਖਣਾ ਪੈਂਦਾ ਸਾਰਾ ਕੁਛ ਜੇ 4 ਦਿਨਾਂ 'ਚ ਕੁਛ ਮੁੱਕ ਜਾਏ ਤਾਂ ਫਿਰ ਓਬੀਅਸਲੀ ਕੁਛ ਖੁੱਲ੍ਹਾ ਤਾਂ ਹੁੰਦਾ ਨਹੀਂ ਇੱਥੇ ਫਿਰ ਬੰਦਾ ਕਿੱਧਰ ਜਾਊਗਾ ਅਤੇ ਹਾਂਜੀ ਆਪਾਂ ਚੱਲੇ ਹੁਣ ਅਤੇ ਬਾਕੀ ਸ਼ਾਇਦ ਬ੍ਰੇਕਫਾਸਟ ਵੀ ਅੱਜ ਬਸ ਮੇਰੇ ਬਾਹਰੋਂ ਹੀ ਕਰੂੰਗਾ ਉੱਥੋਂ ਹੀ ਡਾਰਫਿਲਡ ਲੱਗੇ ਇੱਥੇ ਟਾਊਨ ਜਿੱਥੇ ਫਾਰਮਲੈਂਡਸ ਹੈਗਾ ਅਤੇ ਫੇਮਸ ਬੇਕਰੀ ਇੱਥੇ ਦੀ ਸਾਊਥ ਹੈਲਨ ਦੀ ਆ ਡਾਰਫਿਲਡ ਬੇਕਰੀ ਜਿਹੜੀ ਅਤੇ ਉਹ ਵੀ ਆਪਣੇ ਇੱਥੋਂ ਘਰੋਂ ਜ਼ਿਆਦਾ ਦੂਰ ਨਹੀਂ ਹੈਗਾ ਟਾਊਨ ਤੋਂ ਮੇ ਬੀ 15 ਮਿੰਟ ਲੱਗਦੇ ਗੱਡੀ ਦੇ ਆਪਾਂ ਹੁਣ ਚੱਲੇ ਬਾਕੀ ਜ਼ਿਆਦਾ ਫੋਨ ਮੈਂ ਇੱਥੇ ਯੂਜ਼ ਕਰ ਨਹੀਂ ਸਕਦਾ ਆਪਣਾ ਜਦੋਂ ਰੋਡ 'ਤੇ ਡਰਾਈਵ ਕਰਦੇ ਹਾਂ ਕਿਉਂਕਿ ਇਹ ਜ਼ਿਆਦਾ ਸੇਫ ਹੁੰਦਾ ਨਹੀਂ ਹੈ ਜਿੱਦਾਂ ਮੈਂ ਘਰੋਂ ਆਪਣੇ ਡਰਾਈਵ ਵੇ 'ਚ ਹੀ ਨਿਕਲ ਰਿਹਾ ਤਾਂ ਕਰਕੇ ਜਿਹੜਾ ਡਰਾਈਵ ਵੇ 1 ਕਿਲੋਮੀਟਰ ਤੱਕ ਆਲਮੋਸਟ ਜਿਹੜਾ ਸਟ੍ਰੈਚ ਹੈ ਇਹ ਆਪਣਾ ਪ੍ਰਾਈਵੇਟ ਡਰਾਈਵ ਵੇ ਹੈ ਤਾਂ ਕਰਕੇ ਇੱਥੇ ਕੋਈ ਦਿੱਕਤ ਨਹੀਂ ਆਪਾਂ ਤਾਂ ਵੀ ਹੋਈ ਜਾਈਦਾ ਜਿੱਦਾਂ ਮੈਨੂੰ ਦਿੱਕਤ ਵਾਲੀ ਗੱਲ ਨਹੀਂ ਆਵੇ ਪਰ ਜਦੋਂ ਮੇਨ ਰੋਡ 'ਤੇ ਆ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ ਅਤੇ ਇੱਕ ਚੀਜ਼ ਹੋਰ ਆ ਇੱਥੇ ਕਿ ਆਪਣਾ ਜਦੋਂ ਨਿਊ ਈਅਰ ਦਾ ਜਦੋਂ ਟਾਈਮ ਆਉਂਦਾ ਵਾ ਉਦੋਂ ਸ਼ਾਇਦ ਦਸੰਬਰ ਤੋਂ ਲੈ ਕੇ ਜਨਵਰੀ ਐਂਡ ਦੇ ਵਿੱਚ ਤੱਕ ਆਪਣਾ ਕੀ ਕਹਿੰਦੇ ਕੀ ਕਰਦੇ ਆ ਜੀਰੋ ਟੋਲਰੈਂਸ ਸਪੀਡ ਲਿਮਿਟ ਹੁੰਦੀ ਆ ਕਿ ਜੇ ਆਪਾਂ ਜੇ ਸਪੀਡ ਲਿਮਿਟ 100 ਦੀ ਆ ਅਤੇ ਜੇ ਆਪਾਂ 100 ਉੱਤੇ ਵੀ ਜਾਂਦੇ ਹਾਂ ਤਾਂ ਵੀ ਉਹਨਾਂ ਨੇ ਸਾਨੂੰ ਰੋਕ ਕੇ ਫਾਈਨ ਦੇਣਾ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਕੇਅਰਫੁਲ ਰਹਿਣਾ ਪੈਂਦਾ ਇਹ ਚੀਜ਼ਾਂ ਨੂੰ ਲੈ ਕੇ ਬਾਕੀ ਉੱਦਾਂ ਵੀ ਸੇਫਟੀ ਲਈ ਸੇਫਟੀ ਦੇ ਪੱਖੋਂ ਵੀ ਦੇਖੀਏ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਾਂਜੀ ਪਹੁੰਚ ਗਏ ਆਪਾਂ ਹੁਣ ਉੱਥੇ ਸਮਾਨ ਲੈਣ ਚੱਲੀ ਜਾਂਦਾ ਇਸ ਟਾਈਮ ਇੱਥੇ ਕੋਈ ਨਹੀਂ ਹੈਗਾ ਸਵੇਰ ਦਾ ਟਾਈਮ ਸਭ ਮੈਨੂੰ ਲੱਗਦਾ ਬਿਜ਼ੀ ਹੈ
दोपहर वाले दिन मेरे हिसाब नाल इत्थे आउंदे ज़्यादा लोग ते चलदे आपां अंदर लैंदे अपना समान ਦਾ ਸਮਾਨ ਆਪਣੇ ਵੈਦਰ ਗੇਅਰ ਵਗੈਰਾ ਕਾਫੀ ਮਹਿੰਗੇ ਆ ਇੱਕ ਸਾਲ ਦਾ ਇੱਕ ਜੋੜਾ ਲੱਗਦਾ ਉਹਨੂੰ ਇੱਕ ਹੀ ਸੀਜ਼ਨ ਚੱਲਦੇ ਆ ਇੱਕ ਚੀਜ਼ ਅਤੇ ਆਹ ਹੈਗੇ ਆਪਣੇ ਗੰਬੂਚ सोल काफ़ी स्ट्रॉन्ग हुआ तो शॉक प्रूफ चाहिए आप जी चीज़ लैनी है इतने वो है अपने ओवरऑल अपना ऑलमोस्ट रिप्लेस करने वाला हो गया क्राफ्ट मैं ट्राई करके देखूंगा इन्हों ये भी एक साल के अपन दो जोड़े लगते हैं ऑलमोस्ट एक ही सीजन कटते हैं समान अपना लै लिया सारा हम करा इन गड्डी लोड आ जरा हमने तुम देखा समान इन्ना लैके आए हैं आप बिल ऑलमोस्ट 550 डॉलर का समान आया है इंडिया के हिसाब से 25,000 का समान है जोड़ा कि आप ऑलमोस्ट 2 या 3 वीक निकलोगे इन्ने क्या मुश्किल ना तो काफ़ी एक्सपेंसिव है इतने दूजी रसीद जो अपना समान लिया इतने जोड़ा है वा फार्म का वक्रा अकाउंट चलता हर जगह जिदा अपना इंडिया खाते चलते है तो ये हर महीने के आखिरी दे पे करते हैं अपना जो भी इन्हों का चलता इन्हों इतने की करते है ये गड्डी बैक कर ला इतें ये इन्होंने स्पैशल कार्ड बनाए होंगे जिदा इतने मेनली इन्हों के जोड़े स्टोर होंगे अपने की कहें शॉपिंग करने वाले इतने 2-3 मेजर स्टोर है एक हो गया फार्मलैंड्स एक हो गया PGG राइटसनस तो एक RD1 इन्होंने अपने स्पैशल कार्ड बनाए होंगे जो तीन अं इन्हों ही शॉपिंग करते हैं तो यह सू डिस्काउंट देंगे तो जो फार्म का अकाउंट जो इतने चलता अपना फार्मलैंड्स के तो मोस्टली ज़्यादातर लोग इतने फार्मलैंड्स से अपना फार्मलैंड्स एंड RD1 यूज करते हैं आ है अपना टाउन छोटा जहा डारफील बहुत सोहना है ना इतने बिल्कुल फुल वगैरह इन्होंने लाए हुए है सारे दिन देख सकते स्प्रिंग टाइम हमने निकल के गया जो स्पैशली जो स्प्रिंग होंगे जो बूटे लगे है इन्होंने चैरी ब्लॉसम्स खेलते बहुत सोहना लगता टाउन उदो तो आ अपने राइट से हैगी है इधर डारफील्ड बेकरी आ सामने है अपना PGG राइटसनस इतों जितों कई फार्मर अपनी शॉपिंग करते होर भी तो सामने अपने आ रहा एक बड़ा ट्रैक्टर केस कंपनी का ऑस्ट्रिया का शायद 210 horsepower आ बस इतने अपना टाउन खत्म हो जाता हूँ आप टाउन एग्जिट करके चलने घर थोड़ा जहा पंगा पै गया है अपना इतने स्टोर के मैं कार्ड भुल गया है तो लकीली मेरे को फोटो पई है मेरे कार्ड की तो मैं इतने एप्पल पे उदों ही नाल दे नाल ही एक्टिवेट किया नहीं तो मैं जाना पैना है वापस ऑल द वे बैक तो बहुत टाइम खराब होना है तो हूँ जाके अजे काम भी करने फार्म से अभी मैं ब्रेकफास्ट भी नहीं किया हूँ मैं ब्रेकफास्ट कर नहीं सकता क्योंकि इतने डारफील्ड बेकरी के जोड़ा वो एप्पल पे एक्सैप्ट नहीं करते
ਇਨਕਨਵੀਨੀਅੰਸ ਵੀ ਕਹਿ ਸਕਦੇ ਹਾਂ ਅਤੇ ਬਾਕੀ ਚਲੋ ਕੋਈ ਚੱਕਰ ਨਹੀਂ ਹੁਣ ਚੱਲੇ ਆਪਾਂ ਵਾਪਸ ਘਰਾਂ ਨੂੰ ਅਤੇ ਘਰ ਜਾ ਕੇ ਕਰਾਂਗੇ ਬ੍ਰੇਕਫਾਸਟ ਬ੍ਰੇਕਫਾਸਟ ਤੋਂ ਬਾਅਦ ਜਾ ਕੇ ਆਪਾਂ ਫਾਰਮ ਦੇ ਕੰਮ ਦੇਖਣੇ ਆ ਥੋੜ੍ਹੇ ਬਹੁਤ ਅਤੇ ਕਲੀਨਿੰਗ ਕਰਨੀ ਸ਼ੈੱਡ ਕਲੀਨ ਕਰਨੀ ਅੱਜ ਅਤੇ ਕੱਲ੍ਹ ਨੂੰ ਅਸੀਂ ਗਾਵਾਂ ਥੋੜ੍ਹੀਆਂ ਡਰਾਈ ਆਫ ਕਰਨੀਆਂ ਵਾ ਕਿਉਂਕਿ ਉਹਨਾਂ ਨੇ ਨੈਕਸਟ ਮੰਥ ਜਿਹੜਾ ਉਹਨਾਂ ਦਾ ਸੂਨ ਦਾ ਟਾਈਮ ਆ ਅਤੇ ਤਾਂ ਕਰਕੇ ਉਹਨਾਂ ਨੂੰ ਅਸੀਂ ਡਰਾਈ ਆਫ ਕਰਕੇ ਉਹਨਾਂ ਨੂੰ ਰਨ ਆਫ 'ਤੇ ਦੂਸਰੇ ਫਾਰਮ 'ਤੇ ਘੱਲ ਦੇਣਾ ਜਿੱਥੇ ਉਹ ਨਹੀਂ ਚੋਈਆਂ ਜਾਣੀਆਂ ਇੱਕ ਜਾਂ ਡੇਢ ਮਹੀਨੇ ਤੱਕ ਅਤੇ ਫਿਰ ਉਹ ਵਾਪਸ ਆਊਗੀਆਂ ਫਾਰਮ 'ਤੇ ਇੱਕ ਜਾਂ ਡੇਢ ਮਹੀਨੇ ਬਾਅਦ ਫਿਰ ਉਹਨਾਂ ਦਾ ਸਾਈਕਲ ਸ਼ੁਰੂ ਹੋ ਜਾਣਾ ਅਗਲੇ 9 ਮਹੀਨੇ ਤੱਕ ਫਿਰ ਉਹਨਾਂ ਨੂੰ ਚਾਉਣੀਆਂ ਫਿਰ ਉਹ ਹੈਗੀਆਂ ਵਾ ਆਪਣੀਆਂ ਓਟਰ ਮਿਲਕਰਸ ਅਤੇ ਕਿਉਂਕਿ ਇੱਥੇ ਜਿਹੜੇ ਫਾਰਮ 'ਤੇ ਆ ਲਗਾਤਾਰ ਪੂਰਾ ਸਾਲ ਫਿਰ ਮਿਲਕਿੰਗ ਚੱਲਦੀ ਹੈ ਵਿੰਟਰ ਦੇ ਵਿੱਚ ਆਪਾਂ ਕਰਦੇ ਹਾਂ ਮਿਲਕ 300 ਗਾਵਾਂ ਆਲਮੋਸਟ ਅਤੇ ਬਾਕੀ ਆਲ ਸੀਜ਼ਨ ਅਰਾਊਂਡ ਆਪਾਂ 800 ਪਰ ਫਾਰਮ 1600 ਗਾਵਾਂ ਮਿਲਕ ਹੁੰਦੀਆਂ ਰਹਿੰਦੀਆਂ ਵਾ ਅਤੇ ਤਾਂ ਕਰਕੇ ਆਪਾਂ ਥੋੜ੍ਹਾ ਬਿਜ਼ੀ ਚੱਲਣਾ ਆਪਣਾ ਨੈਕਸਟ ਮੰਥ ਯੂਜਲੀ ਫਾਰਮ 'ਤੇ ਨੈਕਸਟ ਮੰਥ ਥੋੜ੍ਹਾ ਈਜ਼ੀ ਹੋਣਾ ਸੀਗਾ ਬਟ ਹੁਣ ਨਹੀਂ ਅਤੇ ਆ ਜਾਓ ਹੁਣ ਚੱਲਦੇ ਹਾਂ ਘਰ ਆਪਣੇ ਅਤੇ ਮਿਲਦੇ ਹਾਂ ਤੁਹਾਨੂੰ ਬ੍ਰੇਕਫਾਸਟ ਤੋਂ ਬਾਅਦ। ਹਾਂਜੀ ਹੁਣ ਆ ਗਏ ਆਪਾਂ ਬ੍ਰੇਕਫਾਸਟ ਕਰਕੇ ਇੱਥੇ ਕੰਮ 'ਤੇ ਦੁਬਾਰਾ ਅਤੇ ਹੁਣ ਇੱਥੇ ਆਪਾਂ ਫੈਂਸਾਂ ਲਾਉਣੀਆਂ ਗਾਵਾਂ ਦੀ ਜਿੱਥੇ ਸ਼ਾਮ ਨੂੰ ਜਾਣਾ ਇਹਨਾਂ ਨੇ ਸੈਕਿੰਡ ਹਰਡ ਨੇ ਅਤੇ 2 ਹਰਡ ਆ ਅਤੇ ਮੇਨ ਜਿਹੜੇ ਮਿਲਕਿੰਗ ਹਰਡ ਆ ਅਤੇ ਫੈਂਸਾਂ ਲਾਉਣ ਦੇ ਇੱਥੇ 2-3 ਤਰੀਕੇ ਹੈਗੇ ਆਪਣੇ ਲੋਕ ਮਤਲਬ 2-3 ਤਰੀਕੇ ਯੂਜ਼ ਕਰਦੇ ਆ ਮੋਸਟਲੀ ਅਤੇ ਇੱਕ ਤਾਂ ਹੈਗਾ ਵਾ ਆਪਣਾ ਤੁਸੀਂ ਮੈਪ ਤੋਂ ਕਰ ਸਕਦੇ ਆ ਪਿੰਨ ਪੁਆਇੰਟ ਜਿੱਦਾਂ ਇੱਕ ਐਪਲੀਕੇਸ਼ਨ ਦਾ ਨਾਮ ਹੈਗਾ ਫੀਲਡ ਏਰੀਆ ਮੈਜਰਮੈਂਟ ਅਤੇ ਉਹਦੇ ਤੋਂ ਉਹ ਬਹੁਤ ਜ਼ਿਆਦਾ ਸੌਖੀ ਹੈ ਮਤਲਬ ਕਿ ਓਪਰੇਟ ਕਰਨੀ ਉਹ ਮੇਰੇ ਹਿਸਾਬ ਨਾਲ ਸਾਰੀਆਂ ਕੰਟਰੀਆਂ ਦੇ ਵਿੱਚ ਹੀ ਚੱਲਦੀ ਆ ਉਹ ਅਤੇ ਉਹ ਐਕੂਰੇਟ ਬਿਲਕੁਲ ਮੈਜਰਮੈਂਟ ਦਿੰਦੀ ਆ ਏਰੀਆ ਦਾ ਅਤੇ ਫਰੀ ਟੂ ਯੂਜ਼ ਆ ਉਹ ਅਤੇ ਫਾਰਮਰਸ ਲਈ ਬਹੁਤ ਜ਼ਿਆਦਾ ਹੈਲਪ ਕਰਦੀ ਆ ਸਪੈਸ਼ਲੀ ਜਦੋਂ ਪੈਡਕ ਸਿੱਧੇ ਸਿੱਧੇ ਨਹੀਂ ਹੁੰਦੇ ਆ ਉਹ ਟ੍ਰਾਇੰਗਲ ਸ਼ੇਪ ਜਾਂ ਜ਼ਿਗਜ਼ੈਗ ਸ਼ੇਪ ਜਾਂ ਸਰਕੂਲਰ ਜਿਨ੍ਹਾਂ 'ਤੇ ਪੈਡਕ ਹੁੰਦੇ ਆ ਜਿੱਥੇ ਪਿਵਟ ਇਰੀਗੇਸ਼ਨ ਹੁੰਦੀ ਆ ਅਤੇ ਇੱਥੇ ਜਿਹੜੇ ਪੈਡਕ ਹੈਗੇ ਆ ਬਿਲਕੁਲ ਸਿੱਧੇ ਸਿੱਧੇ ਆ 6-6 ਹੈਕਟੇਅਰ ਦਾ ਸਿੱਧਾ ਹਿਸਾਬ ਹੈ ਇਹਨਾਂ ਦਾ ਅਤੇ ਅਸੀਂ ਕੀ ਕਰੀਦਾ ਪੋਸਟਾਂ ਇੱਕ ਸਾਈਡ ਤੋਂ ਗਿਣ ਲਈਦੀਆਂ ਅਤੇ ਪੋਸਟਾਂ ਨਾਲ ਡਿਵਾਈਡ ਕਰ ਦਈਦਾ ਜਿੰਨੇ ਹੈਕਟੇਅਰ ਹੈਗੇ ਆ ਰਾਊਂਡ ਲੈਂਥ ਦੇ ਹਿਸਾਬ ਨਾਲ ਅਤੇ ਹੁਣ ਆਪਾਂ ਉਹੀ ਕੀਤਾ ਇਸ ਟਾਈਮ ਅਤੇ ਬਾਕੀ ਦੇਖਣੇ ਤੁਸੀਂ ਸਵੇਰੇ ਵਧੀਆ ਮੋਰਨਿੰਗ ਨਿਕਲੀ ਸੀਗੀ ਕਿੱਡਾ ਵਧੀਆ ਮੋਰਨਿੰਗ ਸਨਰਾਈਜ਼ ਹੋਣ ਦਿਆ ਸੀਗਾ ਬਟ ਹੁਣ ਦੁਬਾਰਾ ਇੱਥੇ ਮੀਂਹ ਸ਼ੁਰੂ ਹੋ ਗਿਆ ਅਤੇ ਸਾਨੂੰ ਹੁਣ ਡੇਅਰੀ ਫਾਰਮ ਦਾ ਇੱਕ ਹਿਸਾਬ ਹੈਗਾ ਕਿ ਇੱਥੇ ਕੋਈ ਮੀਂਹ ਹਨੇਰੀ ਦੇ ਵਿੱਚ ਆਪਾਂ ਕੰਮ ਨਹੀਂ ਰੋਕ ਸਕਦੇ ਕਿਉਂਕਿ ਗਾਵਾਂ ਨੂੰ ਕੋਂਸਟੈਂਟ ਫੀਡ ਚਾਹੀਦੀ ਹੁੰਦੀ ਹੈ ਅਤੇ ਮੀਂਹ ਦੇ ਵਿੱਚ ਸਪੈਸ਼ਲੀ ਆ ਇਹੋ ਜਿਹੇ ਕੰਮ ਬਾਹਰਲੇ ਥੋੜ੍ਹਿਆਂ ਨੂੰ ਜ਼ਿਆਦਾ ਕਰਨੇ ਪੈਂਦੇ ਦੇਖਣਾ ਪੈਂਦਾ ਕਿ ਗਾਵਾਂ ਦੀ ਫੀਡ ਜਿਹੜੀ ਆ ਪੂਰੀ ਹੈਗੀ ਆ ਕਿ ਨਹੀਂ ਕਿਉਂਕਿ ਮੀਂਹ ਦੇ ਵਿੱਚ ਸਾਨੂੰ ਇਹਨਾਂ ਨੂੰ ਥੋੜ੍ਹਾ ਐਕਸਟਰਾ ਫੀਡ ਕਰਨਾ ਪੈਂਦਾ ਨਹੀਂ ਤਾਂ ਇਹਨਾਂ ਦੇ ਦੁੱਧ 'ਤੇ ਬਹੁਤ ਜ਼ਿਆਦਾ ਇਫੈਕਟ ਪੈ ਸਕਦਾ ਜੇ ਅਸੀਂ ਨਹੀਂ ਧਿਆਨ ਦਿੰਦੇ ਜੇ 3-4 ਦਿਨਾਂ ਤੱਕ ਲਗਾਤਾਰ ਮੀਂਹ ਪਊਗਾ ਅਤੇ ਇਸ ਕਰਕੇ ਹੁਣ ਆਪਾਂ ਬਸ ਇੱਥੇ ਆ ਗਏ ਹਾਂ ਪੈੜ 'ਚ ਅਤੇ ਮੈਂ ਆਪਣਾ ਕੈਲਕੂਲੇਸ਼ਨ ਸਾਰੀ ਮਾਰ ਲਈ ਇੱਥੇ ਅਤੇ ਬੋਸ ਕੱਲ੍ਹ ਆਇਆ ਸੀਗਾ ਕਹਿਣ ਕਿ ਹੁਣ ਮੀਂਹ ਅੱਗੇ ਪੈਣ ਵਾਲਾ ਵਾ ਅਤੇ ਉਹ ਹੱਸ ਕੇ ਕਹਿ ਕੇ ਗਿਆ ਸੀਗਾ ਕਿ ਹੁਣ ਮੈਂ ਤੇਰੀ ਸਟੋਕਮੈਨਸ਼ਿਪ ਸਕਿੱਲਸ ਚੈੱਕ ਕਰਨੀਆਂ ਅਤੇ ਬਾਕੀ ਆਪਣਾ ਹੁਣ ਥੋੜ੍ਹਾ ਟੈਲੈਂਟ ਦਿਖਾਉਣ ਦਾ ਟਾਈਮ ਆ ਗਿਆ ਇੱਥੇ ਅਤੇ ਬਾਕੀ ਕਰ ਰਹੇ ਹਾਂ ਬਈ ਕੰਮ ਦੇਖੋ ਹੁਣ ਕਿੱਦਾਂ ਅਗਲੇ 3-4 ਦਿਨ ਕਿੱਦਾਂ ਦੇ ਨਿਕਲਦੇ ਇੱਥੇ ਫਾਰਮ 'ਤੇ ਅਤੇ ਅੱਜ ਮੀਂਹ ਹੈਗਾ ਵਾ ਅਤੇ ਹੋਪਫੁਲੀ ਕੱਲ੍ਹ ਤੋਂ ਦਿਨ ਸਹੀ ਨਿਕਲਣੇ ਸ਼ੁਰੂ ਹੋ ਜੂਗੇ ਅਤੇ ਗ੍ਰਾਸ ਗਰੋਥ ਆ ਜਿਹੜੀ ਉਹ ਥੋੜ੍ਹੀ ਇੰਪਰੂਵ ਹੋਊਗੀ ਅਤੇ ਹੋਪਫੁਲੀ ਬੈਕ ਟੂ ਟਰੈਕ ਆਜੂਗਾ ਆਪਣਾ ਕੰਮ ਅਤੇ ਬਾਕੀ ਹੁਣ ਇਹ ਤੋਂ ਬਾਅਦ ਜਾਣਾ ਆਪਾਂ ਸ਼ੈੱਡ 'ਚ ਕਲੀਨਿੰਗ ਕਰਨੀ ਆ ਅਤੇ ਵਿਖਾਵਾਂਗੇ ਤੁਹਾਨੂੰ ਜਾ ਕੇ ਕੀ ਉੱਥੇ ਕਲੀਨ ਕਰਨ ਵਾਲਾ ਕਿੱਦਾਂ ਕਿਹੜੇ ਕੈਮੀਕਲਸ ਜਾਂ ਕਿੱਦਾਂ ਯੂਜ਼ ਕਰੀਦੇ ਆ ਹੋਪਫੁਲੀ ਜਿਵੇਂ ਗਿਆ ਸ਼ੈੱਡ 'ਚ ਅਤੇ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ ਅਤੇ ਬਾਕੀ ਮਿਲਦੇ ਆ ਆ ਜਾਓ ਫਿਰ ਪਹੁੰਚ ਗਏ ਆਪਾਂ ਸ਼ੈੱਡ 'ਚ ਇੱਥੇ ਅਤੇ ਬੰਦਿਆਂ ਨੇ ਕਲੀਨ ਕਰਤੀ ਆ ਜਿਹੜੀ ਚੀਜ਼ਾਂ ਮੈਂ ਇਹਨਾਂ ਨੂੰ ਕਲੀਨ ਕਰਨ ਲਈ ਗਿਆ ਸੀਗਾ ਮੇਨਲੀ ਆਪਣੀ ਏਅਰਲਾਈਨ ਇਹਨੂੰ ਕਹਿੰਦੇ ਆ ਵੈਕਿਊਮ ਲਾਈਨ ਜਿਹਦੇ ਨਾਲ ਵੈਕਿਊਮ ਬਣਦਾ ਕੱਪਾਂ ਦੇ ਵਿੱਚ ਅਤੇ ਆਹ ਹੈਗੀ ਆਪਣੀ ਮਿਲਕ ਲਾਈਨ ਸਾਫ਼ ਕਰਨ ਨੂੰ ਗਿਆ ਸੀਗਾ ਕਿਉਂਕਿ ਇੱਥੇ ਸਮਰਸ ਦੇ ਵਿੱਚ ਕੀ ਹੁੰਦਾ ਵਾ ਚਿੜੀਆਂ ਦਾ ਥੋੜ੍ਹੀਆਂ ਬਿੱਠਾਂ ਵਗੈਰਾ ਕਰ ਦਿੰਦੀਆਂ ਕਿਉਂਕਿ ਉੱਪਰ ਬਹਿੰਦੀਆਂ ਵਾ ਅਤੇ ਉੱਪਰ ਆਪਣੇ ਆਲ੍ਹਣੇ ਵਗੈਰਾ ਬਣਾਉਂਦੀਆਂ ਇਹ ਸਮਰਸ ਦੇ ਵਿੱਚ ਹੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਅਤੇ ਤਾਂ ਕਰਕੇ ਆਹ ਚੀਜ਼ਾਂ ਸਾਨੂੰ ਆਪਣੀਆਂ ਜ਼ਿਆਦਾ ਕਲੀਨ ਰੱਖਣੀਆਂ ਪੈਂਦੀਆਂ ਅਤੇ ਬਾਕੀ ਆਪਣਾ ਦੂਸਰਾ ਕੰਮ ਜਿਹੜਾ ਐਫਲੂਐਂਟ ਦਾ ਵੀ ਉਹ ਵੀ ਸੋਰਟ ਆਊਟ ਹੋ ਗਿਆ ਦੂਸਰੇ ਬੰਦਿਆਂ ਨੇ ਉਹ ਕਰਤਾ ਅਤੇ ਹੁਣ ਉਹ ਗਏ ਆਪਣੇ ਦੋਨੋਂ ਬੰਦੇ
लंच ते ते लंच टाइम तो बाद हुण आपां आवांगे दुबारा गावां मिल्क करन दुपहर दीआं ते इक वार इत्थे मिल्किंग करी दी है सवेरे 4 बजे शुरू करी दे आ 4:30 बजे सॉरी फिर शामां नूं 2 बजे कप सौन शुरू करी दे आ ते बाकी मींह भी अजे हल्का हल्का पई जांदा ते बाकी देखो दस्सिआ अज पूरा दिन मींह है वैसे ते बाकी आपां शाम नूं अज गावां ड्राफ्ट करनीआं ते गावां ड्राफ्ट करके सवेर लई आपां रेडी रखणीआं उहनां नूं जिहड़ीआं ड्राई ऑफ करनीआं ते बाकी अज दा ते प्लान सिर्फ यही है बाकी मिलते हैं फिर लंच तो बाद। हाँ जी आपां आ गए हुण लंच तो बाद ते बंदिआं ने अपना पहला हर्ड जिहड़ा ऑलरेडी मिल कर लिया ते आप दे सकदे थोड़ियां गावां रह गईआं विच यार्ड च ते हुण आपां यार्ड सैटअप करके दूसरा हर्ड जिहड़ा जमा लग गई है शैड दे उत्थे ही आना इन्हां नूं 1 मिंट दी 2 मिंट दी वॉक है इन्हां दी ते बस हुण इन्हां नूं मिल्क करांगे गावां नूं ट्रैक्टर वाले थोड़े काम करने वाले करा तो बस फिर आपां डन डे तो सवेर लई रेडी करना सारा कुछ जरा ड्राई ऑफ करनी है 20-25 जावां। अज दा दिन आपां करांगे खत्म इत्थे ही तो काफ़ी कुछ किया अज आपां काफ़ी जॉबां निपटाइयां फार्म ते बाकी कल देखते हैं जाके किदां निकलता दिन ते की कुछ जॉबां नवीं निकल के आउंदियां क्योंकि फार्म है डेयरी फार्म इत्थे ते कोई ना कोई जॉब रोज़ नवी तो नवी कुछ ना कुछ निकल ही आउंदा इत्थे ते बाकी होर कोशिश करूँगा जदों छुट्टियां पौगियां अपनियां ते आपां बाहर जावांगे शायद न्यू ईयर का भी प्लैन हैगा ते न्यू ईयर ते भी थोड़ा बहुत शूट करूँगा जाके उत्थे अपना क्राइस्ट चर्च ते बाकी जे तुहानूं वधिया लगा इह वीडियो तां शेयर कमेंट ते सबसक्राइब कर ले चैनल ते नहीं वधिया लगा तां वी तुसीं कुछ कमेंट करके दस सकदे जी कि होर की तुहानूं देखना पसंद करोगे तुसीं वीडियोज़ दे विच फार्मिंग बारे जां कोई होर चीज़ों बारे इत्थे ते बाकी मिलते हैं फिर अगले ब्लॉग के नाल। उदों तक लई थैंक यू टेक केयर बाय।